ਪੰਜਾਬ ਕੇਸਰੀ ਜਗਬਾਨੀ ਟੀਵੀ ਤੇ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵੀਨ ਸੇਠੀ ਤਾਂ ਚੰਡੀਗੜ੍ਹ ਦੇ ਇੱਕ ਯੁਵਾ ਨੇ ਰੋਹਿਤ ਨਾਮ ਦੇ ਨੇ ਤੇ ਇਹਨਾਂ ਨੇ ਪੂਰੇ ਦੇਸ਼ ਦੇ ਵਿੱਚ ਚੰਡੀਗੜ੍ਹ ਦਾ ਨਾਮ ਰੋਸ਼ਨ ਕੀਤਾ ਹੈ ਤੇ ਹੁਣ ਪੂਰੇ ਦੇਸ਼ ਦਾ ਨਾਮ ਰੂਸ ਦੇ ਵਿੱਚ ਜਾ ਕੇ ਰੋਸ਼ਨ ਕਰਕੇ ਆਏ ਹਨ ਦਰਅਸਲ ਇਹਨਾਂ ਦੀ ਇੱਕ ਐਨ ਜੀਓ ਹੈ ਬੜੇ ਚੰਗੇ ਕੰਮ ਕਰਦੀ ਹੈ ਤੇ ਉਹਨਾਂ ਕੰਮਾਂ ਨੂੰ ਦੇਖਦੇ ਹੋਏ ਰੂਸ ਇਹਨਾਂ ਨੂੰ ਬੁਲਾਇਆ ਗਿਆ ਸੀ ਤੇ ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਹ ਬੜਾ ਪ੍ਰਾਊਡ ਵਾਲਾ ਮੂਮੈਂਟ ਸੀ ਗੱਲਬਾਤ ਕਰਨ ਵਾਸਤੇ ਨਾਲ ਖੁਦ ਰੋਹਿਤ ਮਜੂਦ ਨੇ ਨਾਲ ਹੀ ਉਹਨਾਂ ਦੇ ਨਾਲ ਐਨਜੀਓ ਦੇ ਜਿਹੜੇ ਵਲੰਟੀਅਰ ਹਨ ਉਹ ਵੀ ਮੌਜੂਦ ਨੇ ਰੋਹਿਤ ਜੀ ਬੜਾ ਤੁਸੀਂ ਵੱਡਾ ਉਪਰਾਲਾ ਕਰਤਾ ਦੇਸ਼ ਦਾ ਨਾਮ ਰੂਸ ਚ ਜਾ ਕੇ ਰੋਸ਼ਨ ਕਰਾਇਓ ਕੀ ਸਾਰਾ ਪ੍ਰੋਗਰਾਮ ਇਸ ਬਾਰੇ ਦੱਸੋ ਜੀ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰੋਹਿਤ ਕੁਮਾਰ ਹੈ ਮੈਂ ਸਫਰਮਨੀ ਯੂਥ ਵੈਲਪਰ ਐਸੋਸੀਏਸ਼ਨ ਯੂਨਿਟੀ ਚੰਡੀਗੜ੍ਹ ਦਾ ਮੈਂ ਫਾਊਂਡਰ ਮੈਂਬਰ ਫਾਊਂਡਰ ਹੈਗਾ ਤੇ ਚੇਅਰਮੈਨ ਹੈਗਾ ਜੀ ਤੇ ਇਹ ਇੱਕ ਅਵਾਰਡ ਹੈ ਜੀ ਜਿਹੜਾ ਸਾਨੂੰ ਮਿਨਿਸਟਰੀ ਆਫ ਯੂਥ ਅਫੇਅਰਜ਼ ਫੋਰ ਗਵਰਨਮੈਂਟ ਆਫ ਇੰਡੀਆ ਤੋਂ ਪਤਾ ਲੱਗਿਆ ਸੀ ਇਹਦਾ ਨਾਮ ਹੈ ਵੀ ਆਰ ਟੁਗੇਦਰ ਇੰਟਰਨੈਸ਼ਨਲ ਪ੍ਰਾਈਜ਼ ਜੀ ਇਹ ਅਸੀਂ ਇਸ ਸਾਲ ਇਹਨੂੰ ਭਰਿਆ ਹੈ ਤੇ ਇਹਦੇ ਵਿੱਚ ਇਹ ਉਹਨਾਂ ਦੀ ਜਿਹੜੀ ਰਸ਼ੀਅਨ ਮਿਨਿਸਟਰੀ ਹੈ ਯੂਥ ਅਫੇਅਰਸ ਜਿਹੜੇ ਉਹਨਾਂ ਦੇ ਇਹ ਉਹ ਏਜੰਸੀ ਕਰਵਾਂਦੀ ਹੈ ਅਵਾਰਡ ਨੂੰ ਇਹਦੇ ਵਿੱਚ ਪੂਰੇ ਵਰਲਡ ਚੋਂ ਐਪਲੀਕੇਸ਼ਨ ਮੰਗੀ ਜਾਂਦੀ ਹੈ ਜੇ ਤੁਸੀਂ ਆਪਣੀ ਸੁਸਾਇਟੀ ਲਈ ਕੁਝ ਕੰਮ ਕਰਦੇ ਹੋ ਤਾਂ ਉਹਨਾਂ ਨੂੰ ਤੁਸੀਂ ਫਾਰਮ ਭਰ ਸਕਦੇ ਹੋ ਇਹ ਬਹੁਤ ਵੱਡਾ ਪ੍ਰੋਸੀਜਰ ਰਹਿੰਦਾ ਹੈ 6 ਤੋਂ 7 ਮਹੀਨੇ ਦਾ ਪ੍ਰੋਸੀਜਰ ਰਹਿੰਦਾ ਹੈ ਇਹਦੇ ਵਿੱਚ ਬੜੇ ਸਾਰੇ ਪ੍ਰੋਟੋਕੋਲਸ ਹੁੰਦੇ ਆ ਜੀ ਅਸੀਂ ਵੀ ਉਹ ਅਵਾਰਡ ਲਈ ਐਪਲੀਕੇਸ਼ਨ ਦਿੱਤੀ ਸੀ ਤੇ ਵੀ ਆਰ ਮਤਲਬ ਸਾਨੂੰ ਬੜਾ ਸ਼ੌਕ ਵੀ ਲੱਗਿਆ ਤੇ ਬੜਾ ਪ੍ਰਾਊਡ ਮੂਮੈਂਟ ਵੀ ਸੀ ਕੀ ਐਸੀ ਸੋਚਿਆ ਵੀ ਨਹੀਂ ਸੀ ਕਿ ਸਾਡੀ ਚੰਡੀਗੜ੍ਹ ਦੀ ਪੂਰੇ ਭਾਰਤ ਚੰਡੀਗੜ੍ਹ ਛੋਟਾ ਦਾ ਸ਼ਹਿਰ ਹੈ ਔਰ ਉਸ ਚੰਡੀਗੜ੍ਹ ਸ਼ਹਿਰ ਦੀ ਇੱਕ ਛੋਟੀ ਜੀ ਜਿਹੜੀ ਐਨਜੀਓ ਹੈ ਉਹ ਨੂੰ ਸਿਲੈਕਸ਼ਨ ਉਹਦੀ ਸਿਲੈਕਸ਼ਨ ਹੋ ਜੇਗੀ ਜੀ ਐਨੀ ਵਰਡੇ ਅਵਾਰਡ ਲਈ ਅੰਤਰਰਾਸ਼ਟਰੀ ਸਤਰ ਤੇ ਜੀ ਨਹੀਂ ਇਹ ਜਿਹੜੀ ਸਿਲੈਕਸ਼ਨ ਹੋਈ ਹੈ ਇਹ ਪੂਰੇ ਦੇਸ਼ ਦੇ ਵਿੱਚੋਂ ਸਿਰਫ ਤੁਹਾਡੀ ਐਨਜੀਓ ਦੀ ਹੋਈ ਹੈ ਆ ਦੇਖੇ ਜੀ ਇਹਦੇ ਵਿੱਚੋਂ ਜੀ ਜਿਹੜੇ ਗੁਜਰਾਤ ਤੋਂ ਵੀ ਇੱਕ ਆਰਗੇਨਾਈਜੇਸ਼ਨ ਹੈ ਜੀ ਉਹ ਵੀ ਬੁਲਾਈ ਗਈ ਸੀ ਉਹਨਾਂ ਦਾ ਵੀ ਕੰਮ ਬਹੁਤ ਅੱਛਾ ਸੀ ਪਰ ਜਿਹੜਾ ਜਿਹੜਾ ਮੇਨ ਅਵਾਰਡ ਹੈ ਜੀ ਉਹ ਸਾਨੂੰ ਜਿਹੜੇ ਸਿਰਫ ਇਹਨੇ ਨੋ ਅਵਾਰਡ ਦਿੰਦੇ ਆ ਪੂਰੇ ਵਰਲਡ ਨੂੰ ਪੂਰੇ ਵਰਲਡ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਿਹੜਾ ਵੀ ਇਹ ਕੰਟਰੀਸ ਪੂਰੇ ਐਪਲੀਕੇਸ਼ਨਸ ਆਉਂਦੀਆਂ ਨੇ ਉਹਦੇ ਨੋ ਅਵਾਰਡਸ ਵਿੱਚ ਪੂਰੇ ਇੰਡੀਆ ਚ ਅਵਾਰਡ ਸਾਨੂੰ ਮਿਲਿਆ ਇਸ ਸਾਲ ਸੇਵ ਕਰਕੇ ਤੇ ਉਹ ਮੈਂ ਦੱਸ ਨਹੀਂ ਸਕਦਾ ਜੀ ਕਿੰਨੀ ਅਸੀਂ ਐਕਸਾਈਟਿਡ ਆਂ ਤੇ ਕਿੰਨੀ ਪ੍ਰਾਊਡ ਤੇ ਇਮੋਸ਼ਨਲ ਮੂਵਮੈਂਟ ਹੈ ਇਹ ਸਾਡੇ ਲਈ ਇਹ ਅਵਾਰਡ ਤੁਹਾਨੂੰ ਕਿੱਥੇ ਦਿੱਤਾ ਗਿਆ ਕੌਣ-ਕੌਣ ਉੱਥੇ ਸ਼ਾਮਲ ਹੋਏ ਸੀ ਜੀ ਇਹ ਅਵਾਰਡ ਸਾਨੂੰ ਮਾਸਕੋ ਚ ਮਿਲਿਆ ਇਹ 4 ਦਿਨ ਦਾ ਪ੍ਰੋਗਰਾਮ ਸੀ ਸਾਨੂੰ 5 ਤਰੀਕ ਨੂੰ 5 ਦਸੰਬਰ ਨੂੰ ਇੰਟਰਨੈਸ਼ਨਲ ਵੋਲੰਟੀਅਰਿੰਗ ਸਵੈਮ ਸੇਵਕ ਵਾਲੇ ਜਿਹੜਾ ਡੇ ਮਨਾਉਂਦੇ ਨੇ ਪੂਰੇ ਵਰਲਡਵਾਈਲ ਉਸ ਦਿਨ ਦਿੱਤਾ ਗਿਆ ਇਹ ਦੇ ਵਿੱਚ ਜਿਹੜੀ ਉਥੇ ਦੀ ਮਿਨਿਸਟਰੀ ਨੇ ਉਥੇ ਦੇ ਬੜੇ ਜਿਹੜੇ ਆਫੀਸਰਸ ਨੇ ਇਹ ਅਵਾਰਡ ਉਹਨਾਂ ਦੀ ਸੁਪਰਵੀਜ਼ਨ ਚ ਦਿੱਤਾ ਗਿਆ ਤੇ ਇਹ ਅਵਾਰਡ ਮਿਲਣ ਤੋਂ ਬਾਅਦ ਜਦ ਸਾਡੇ ਵਿੱਚ ਉਥੇ ਦੇ ਜਿਹੜੇ ਰਾਸ਼ਟਰਪਤੀ ਨੇ ਮਿਸਟਰ ਪੁਤਿਨ ਆਏ ਤੇ ਉਸ ਉਹ ਤਾਂ ਔਰ ਵੀ ਵੱਡਾ ਅਵਾਰਡ ਸੀ ਸਾਡੇ ਲਈ ਉਹਨਾਂ ਨੇ ਸਾਨੂੰ ਹਾਂ ਜੀ ਉਥੇ ਸ਼ਾਮਲ ਹੋਏ ਪੁਤਿਨ ਹਾਂ ਜੀ ਪੁਤਿਨ ਜੀ ਆਏ ਉਹਨਾਂ ਨੇ ਸਾਨੂੰ ਮਾਨ ਸਨਮਾਨ ਦਿੱਤਾ ਆਪਦੇ ਸ਼ਬਦਾਂ ਵਿੱਚ ਸਾਨੂੰ ਬਹੁਤ ਸ਼ਾਬਾਸ਼ੀ ਦਿੱਤੀ ਤੇ ਅੱਗੇ ਹੋਰ ਕੰਮ ਕਰਨ ਲਈ ਹੌਸਲਾ ਦਿੱਤਾ ਤੁਹਾਨੂੰ ਵੀ ਮੌਕਾ ਮਿਲਿਆ ਉਥੇ ਬੋਲਣ ਦਾ ਹਿੰਦੀ ਨੂੰ ਹਾਂਜੀ ਬਿਲਕੁਲ ਮੈਨੂੰ ਲੋਕਾਂ ਜਿਹੜੇ ਉਥੇ ਜਦ ਸਾਨੂੰ ਅਵਾਰਡ ਮਿਲਿਆ ਤਾਂ ਆਪਣਾ ਕੰਮ ਦੱਸਣ ਲਈ ਤੇ ਥੈਂਕ ਯੂ ਕਹਿਣ ਦਾ ਇੱਕ ਮੌਕਾ ਮਿਲਿਆ ਤੇ ਮੈਂ ਭਾਰਤੀ ਆ ਤੇ ਮੈਂ Swami Vivekananda ji ਨੂੰ ਬਹੁਤ ਮੰਨਦਾ ਤੇ ਮੈਂ ਜਿਹੜੀ ਜਿਹੜੇ ਵੀ ਮੈਨੂੰ ਸੈਕਿੰਡਸ ਜਾਂ ਮਿੰਟਸ ਮਿਲੇ ਸੀ ਤੇ ਮੈਂ ਜਿਹੜਾ ਆਪਦਾ ਭਾਸ਼ਣ ਸੀ ਉਹ ਨਮਸਕਾਰ ਮਾਸਕੋ ਨਾਲ ਸ਼ੁਰੂ ਕੀਤਾ ਸੀ ਤੇ ਜੈਹਿੰ ਜੈ ਭਾਰਤ ਨਾਲ ਉਹ ਮੈਂ ਖਤਮ ਕੀਤਾ ਸੀ ਤੇ ਜਿਹੜੀ ਵੀ ਮੇਰੀ ਵਿੱਚੋਂ ਮੈਂ ਇੰਗਲਿਸ਼ ਵੀ ਬੋਲੀ ਸੀ ਤੇ ਸਾਡੇ ਲਈ ਉੱਥੇ ਸਪੈਸ਼ਲ ਟਰਾਂਸਲੇਟਰ ਰੱਖਿਆ ਹੋਇਆ ਸੀ ਮੈਂ ਇੰਗਲਿਸ਼ ਔਰ ਹਿੰਦੀ ਬੋਲ ਰਿਹਾ ਸੀ ਉਹ ਉਹਨੂੰ ਆਪਦੀ ਰਸ਼ੀਨ ਲੈਂਗੁਏਜ ਲੋਕਾਂ ਤੱਕ ਪਹੁੰਚਾਰੇ ਸੀ ਉਹਨਾਂ ਦਾ ਮੋਟੀਵੇ ਸੀ ਮੈਨੂੰ ਬੜੀ ਖੁਸ਼ੀ ਹੋਈ ਉਹ ਬਿਲਕੁਲ ਚਾਹੁੰਦੇ ਸੀ ਕਿ ਜਿਹੜਾ ਇੱਕ ਇੱਕ ਸ਼ਬਦ ਅਸੀਂ ਬੋਲੀਏ ਤਾਂ ਉੱਥੇ ਦੇ ਲੋਕ ਜਿਹੜੇ ਨੇ ਅਲੱਗ-ਅਲੱਗ ਕੰਟਰੀਜ਼ ਤੋਂ ਆਏ ਨੇ ਜਿਹੜੇ ਉੱਥੇ ਦੇ ਲੋਕਲ ਲੋਕ ਨੇ ਜਾਂ ਆਫੀਸ਼ੀਅਲਸ ਨੇ ਉਹ ਸਾਡੀ ਗੱਲਾਂ ਨੂੰ ਸਮਝਣ ਤੇ ਸਾਨੂੰ ਐਪਰੀ ਜਦੋਂ ਤੁਹਾਡੇ ਕੰਮ ਉੱਤੇ ਗਨਾਏ ਗਏ ਕੀ ਰਿਸਪੌਂਸ ਸੀ ਜੋ ਤੁਸੀਂ ਆ ਕਿਹਾ ਕਿ ਨਮਸਕਾਰ ਕੀਤਾ ਅੱਗੇ ਉਹਨਾਂ ਦਾ ਕੀ ਜਵਾਬ ਆਇਆ ਆਡੀਅנס ਦਾ ਕਿਸ ਤਰੀਕੇ ਦਾ ਮੌਲਸੀ ਉੱਤੇ ਜਦ ਮੈਂ ਨਮਸਕਾਰ ਮੋਸਕੋ ਕਰਿਆ ਤੇ ਉੱਥੇ ਦੀ ਤੁਸੀਂ ਐ ਸਮਝੋ ਕਿ ਇੱਕ ਵੀਡੀਓ ਹੈ ਜਿਹੜੀ ਸਵਾਮੀ ਵਿਵੇਕਾਨੰਦ ਜੀ ਦੇਖੀ ਜਦੋਂ ਉਹ ਕਹਿੰਦੇ ਨੇ ਨਮਸਕਾਰ ਮੇਰੇ ਭਾਈਓਰ ਬਹਿਨੋ ਤਾਂ ਮਤਲਬ ਵਹੀ ਸੇਮ ਸਿਚੁਏਸ਼ਨ ਆਪ ਤੁਸੀਂ ਯਕੀਨ ਨਹੀਂ ਕਰੋਗੇ ਕਿ ਸਾਡੇ ਉੱਤੇ ਆ ਗਈ ਇੰਨੀ ਤਾਲੀਆਂ ਵੱਜੀਆਂ 7-8000 ਲੋਕ ਹਾਲ 'ਚ ਬੈਠੇ ਸੀ ਤੇ ਮੈਂ ਮੇਰੇ ਜਿਹੜੀ ਅੱਖਾਂ ਨੇ ਉਹ ਪਰਾਈ ਸੀ ਉਸ ਟਾਈਮ ਬੋਲਦੇ ਬੋਲਦੇ ਐਕਚੁਅਲੀ ਗਾਲੇ ਇਮੋਸ਼ਨ ਜਿਹੜੇ ਬਾਹਰ ਆ ਜਾਂਦੇ ਐ ਇੱਕ ਤਰ੍ਹਾਂ ਦੇ ਇਹਨਾਂ ਪਿਆਰ ਨਜ਼ਰ ਆ ਰਹੇ ਤੁਹਾਡੇ ਚੀਜ਼ਾਂ ਕਿਉਂਕਿ ਇਹ ਚੀਜ਼ਾਂ ਅਸੀਂ ਪੜੀਆਂ ਨੇ ਕਿਤਾਬਾਂ ਚ ਵੀਡੀਓਜ਼ ਦੇਖੀਆਂ ਨੇ ਪਰ ਇਹ ਐਕਚੁਅਲ ਕਦੀ ਵੀ ਮੈਂ ਆਪਦੀ ਜ਼ਿੰਦਗੀ ਚ ਨਹੀਂ ਸੋਚਿਆ ਸੀ ਕਿ ਇਹ ਸਾਡੇ ਨਾਲ ਹੋਏਗਾ अच्छा ਕਿਹੜੇ ਕੰਮ ਉੱਥੇ ਤੁਹਾਡੇ ਗਿਨਾਏ ਗਏ ਜਿਨ੍ਹਾਂ ਨੂੰ ਲੈ ਕੇ ਤੁਹਾਨੂੰ ਇਹ ਅਵਾਰਡ ਦਿੱਤਾ ਗਿਆ ਜੀ ਇਹ ਬਹੁਤ ਸਾਰੇ ਕੰਮ ਸੀ ਇਹਦੀ ਬਹੁਤ ਬਰੀਫ ਰਿਪੋਰਟ ਗਈ ਸੀ ਜੀ ਉਹਦੇ ਵਿੱਚ ਉਹ ਸਾਰੀ ਸਾਡੇ ਕੰਮ ਜਿਹੜੇ ਸੀ ਉਹ ਸੀ ਜਿਹੜੇ ਅਸੀਂ ਪਰਿਆਵਰਣ ਤੇ ਕੰਮ ਕਰ ਰਹੇ ਹਾਂ ਜਿਹੜੀ ਸਰਕਾਰ ਹੈ ਸਾਡੀ ਜਾਂ ਲੋਕਲ ਗਵਰਨਮੈਂਟ ਸੈਂਟਰ ਗਵਰਨਮੈਂਟ ਲੋਕਾਂ ਲਈ ਹੈ ਜਿਹੜੇ ਆਪਣੇ ਗਰੀਬ ਲੋਕਾਂ ਲਈ ਹੈ ਜਾਂ ਨੀਡੀ ਲੋਕਾਂ ਲਈ ਜਿਹੜੀ ਯੋਜਨਾਵਾਂ ਬਣਾਉਂਦੀ ਹੋਈ ਯੋਜਨਾ ਲੋਕਾਂ ਤੱਕ ਅਸੀਂ ਪਹੁੰਚਾਉਂਦੇ ਹਾਂ ਸਾਡਾ ਪ੍ਰੋਜੈਕਟ ਹੈ ਮਾਈ ਪਾਲਿਸੀ ਮਾਈ ਰਾਈਟ ਉਦੋਂ ਬਾਅਦ ਅਸੀਂ ਆਪਣਾ ਸਵਚ ਭਾਰਤ ਤੇ ਕੰਮ ਕਰਦੇ ਆਂ ਯੁਵਾ ਪੀੜ੍ਹੀ ਲਈ ਅਸੀਂ ਬਹੁਤ ਜ਼ਿਆਦਾ ਕੰਮ ਕਰ ਰਹੇ ਆਂ ਉਹਨਾਂ ਦੀ ਡਵੈਲਪਮੈਂਟ ਲਈ ਉਹਨਾਂ ਦੀ ਅਪਰ ਲਿਫਟ ਮੈਂ ਲਈ ਉਹਨਾਂ ਨੂੰ ਨਾਂ ਲੈ ਕੇ ਆਪਾਂ ਦੇਸ਼ ਲਈ ਕਿਸ ਤਰ੍ਹਾਂ ਕੰਮ ਕਰ ਸਕਦੇ ਆਂ ਅਸੀਂ ਡਿਜਾਸਟਰ ਮੈਨੇਜਮੈਂਟ ਤੇ ਬਹੁਤ ਜ਼ਿਆਦਾ ਕੰਮ ਕਰ ਰਹੇ ਆਂ ਇਹ ਸਾਰੇ ਕੰਮ ਸਵਚ ਭਾਰਤ ਦਾ ਕੰਮ ਹੈਲਥ ਐਂਡ ਹਾਈਜੀਨ ਦਾ ਕੰਮ ਇਹ ਸਾਰਾ ਕਾਊਂਟ ਹੋਇਆ ਤੇ ਇਹਨਾਂ ਸਾਰਿਆਂ ਦੀ ਨੰਬਰਿੰਗ ਸੀ ਸਾਡੇ ਲਈ ਤੇ ਇਹ ਬਰੀ ਬਰੀਫ ਰਿਪੋਰਟ ਗਈ ਸੀ ਇਹਦੇ ਲਈ ਸਾਡੀ ਪੂਰੀ ਟੀਮ ਨੇ ਦਿਨ ਰਾਤ ਹੀ ਕੀਤਾ ਤੇ ਵਿਸ਼ਵਦੀਤੀ ਨੇ ਪੂਰੀ ਰਿਪੋਰਟ ਕੋਆਰਡੀਨੇਟ ਕੀਤੀ ਸੀ ਵਿਸ਼ਵਜੀ ਨਾਮ ਦੇ ਦੁਆਰਾ ਵਿਸ਼ਵਦੀਤੀ ਵਿਸ਼ਵਦੀਤੀ ਇਹ ਤੁਸੀਂ ਇਹਨਾਂ ਨੇ ਅਵਾਰਡ ਵੀ ਰੱਖਿਆ ਆਪਣੇ ਇੱਕ ਹੋਲ ਜਿਹੜਾ ਉਹਨਾਂ ਨੂੰ ਉੱਥੇ ਮਿਲਿਆ ਹੈ ਰਿਪੋਰਟ ਦੀ ਗੱਲ ਕਰ ਰਹੇ ਨੇ ਤੁਸੀਂ ਰਿਪੋਰਟ ਤਿਆਰ ਕੀਤੀ ਕੀ ਮਨ ਦੇ ਵਿੱਚ ਸੀ ਕਿ ਹਾਂ ਇਹ ਚੀਜ਼ਾਂ ਆਪਾਂ ਪਾਣੀਆਂ ਆ ਉਹ ਕਿਉਂਕਿ ਪੂਰੇ ਦੇਸ਼ ਭਰ ਦੇ ਵਿੱਚ ਬਹੁਤ ਸਾਰੀਆਂ ਐਨ ਜੀਓਸ ਨੇ ਉਹਨਾਂ ਨੇ ਵੀ ਆਪਣੀ ਰਿਪੋਰਟ ਭੇਜੀ ਹੋਣਗੇ ਤੁਹਾਨੂੰ ਕਿਉਂ ਲੱਗਿਆ ਕਿ ਤੁਹਾਡੀ ਹੀ ਸਿਲੈਕਟ ਹੋਏਗੀ ਲੱਗਿਆ ਵੀ ਸੀ ਇਦਾਂ ਕਿ ਨਹੀਂ ਸਾਨੂੰ ਅਸੀਂ ਇਸ ਚੀਜ਼ ਤੇ ਯਕੀਨ ਕਰਦੇ ਹਾਂ ਵੀ ਅਸੀਂ ਕੰਮ ਕਰੀਏ ਦੇਣ ਵਾਲਾ ਤਾਂ ਰੱਬ ਹੈ ਵਾਪੇ ਦੇਊਗਾ ਜੇ ਅਸੀਂ ਡਿਸਰਵ ਕਰਦੇ ਹਾਂ ਤਾਂ ਜਿਵੇਂ ਤੁਸੀਂ ਕਿਹਾ ਵੀ ਲੱਖਾਂ ਕਰੋੜਾ ਅਪਲੀਕੇਸ਼ਨਾਂ ਆਈਆਂ ਸੀ ਤੇ ਉਹਨਾਂ ਚੋਂ ਸਾਡੀ ਅਪਲੀਕੇਸ਼ਨ ਸਿਲੈਕਟ ਹੋਣਾ ਸਾਡੇ ਲਈ ਬਹੁਤ ਪ੍ਰਾਊਡ ਮੂਮੈਂਟ ਸੀ ਕਿਵੇਂ ਆਪਣੇ ਕੰਮ ਨੂੰ ਪ੍ਰੈਜ਼ੈਂਟ ਕਰਨਾ ਵੀ ਕੰਮ ਤਾਂ ਸਾਰੇ ਕਰਦੇ ਨੇ ਬਟ ਕਿਸ ਵੇ ਨਾਲ ਆਪਣਾ ਕੰਮ ਪ੍ਰੈਜ਼ੈਂਟ ਕਰਨਾ ਵੀ ਉੱਥੇ ਦੀ ਜਿਊਰੀ ਨੂੰ ਪਸੰਦ ਆਏ ਉਹ ਮੈਂ ਸਰ ਤੋਂ ਵੀ ਸਿੱਖਿਆ ਤੇ ਜਿਹੜਾ ਵੀ ਮੈਨੂੰ ਇਸ ਆਰਗੇਨਾਈਜੇਸ਼ਨ ਚ ਐਕਸਪੀਰੀਅੰਸ ਮਿਲ ਉਹਨੂੰ ਯੂਜ਼ ਕਰਕੇ ਬਸ ਮੈਂ ਆਪਣਾ ਬੈਸਟ ਦਿੱਤਾ ਤੇ ਬਾਕੀ ਤਾਂ ਤੁਹਾਨੂੰ ਉਮੀਦ ਸੀ ਕਿ ਐਦਾਂ ਬੁਲਾ ਲੈਣਗੇ ਉੱਥੇ ਰੂਸ ਅਸੀਂ ਦੁਆ ਕਰ ਰਹੇ ਸੀ ਤੇ ਬਹੁਤ ਵੱਡੀ ਗੱਲ ਹੈ ਵੀ ਆਪਾਂ ਸਿਲੈਕਟ ਹੋ ਗਏ ਹੂੰ ਬਿਲਕੁਲ ਬਹੁਤ ਵਧੀਆ ਹੈ ਤੁਹਾਡੇ ਨਾਲ ਹੋਰ ਵੀ ਪ੍ਰੋਜੈਕਟ ਬਾਰੇ ਗੱਲ ਕਰਾਂਗੇ ਤੁਹਾਨੂੰ ਇੱਥੇ ਵੀ ਰਾਸ਼ਟ੍ਰਪਤੀ ਵਾਰਡਨ ਸਨਮਾਨਿਤ ਕੀਤਾ ਗਿਆ ਹੈ ਸਫਰ ਕਿੱਦਾਂ ਦਾ ਰਿਹਾ ਇਸੇ ਕਿਉਂ ਮਿਲਿਆ ਤੁਹਾਨੂੰ ਵਾਰਡ ਤੇ ਜਦੋਂ ਤੁਸੀਂ ਉਹਨਾਂ ਉੱਥੇ ਪਹੁੰਚੇ ਦੋਨਾਂ ਫੀਲਿੰਗਸ ਨੂੰ ਆਪ ਕਿੱਦਾਂ ਦਾ ਰਿਹਾ ਆਜ ਮੈਂ 2013 ਤੋਂ ਮੇਰੇ ਕੋਲ ਮੈਂ ਜਦ ਸਕੂਲ ਸੀ ਮੇਰੇ ਕੋਲ ਰਾਸ਼ਟਰੀ ਸੇਵਾ ਯੋਜਨਾ ਦਾ ਮੈਂ ਸਵੈਮ ਸੇਵਕ ਰਿਆਂ ਤੇ ਮੈਂ ਉਹਦੇ ਵਿੱਚ ਐਸਐਸ ਸਵੈਮ ਸੇਵਕ ਬਹੁਤ ਕੰਮ ਕੀਤੇ ਨੇ ਜਿੰਨਾ ਵੀ ਮਿਹਰਤ ਹੋਇਆ ਕਿਉਂਕਿ ਮੈਂ ਬੜਾ ਐਕਟਿਵ ਰਹਿੰਦਾ ਸੀ ਤੇ ਹੁਣ ਵੀ ਹੈਗਾ ਐਕਟਿਵ ਤੇ ਉਹੀ ਮੈਨੂੰ ਮੇਰੇ ਟੀਚਰ ਹਾਂ ਜੀ ਨੈਸ਼ਨਲ ਲੈਵਲ ਤੇ ਮਿਲਦਾ ਹੈ ਉਹਦੇ ਲਈ ਇੱਕ ਫਾਈਲ ਤੇ ਰੋਹੀ ਤੁਸੀਂ ਬੜਾ ਐਕਟਿਵਲੀ ਕੰਮ ਕਰਦੇ ਹੋ ਆਪਣੀ ਫਾਈਲ ਬਣਾ ਲਓ ਮੈਂ ਸਰ ਜੈਸੇ ਵੈਸੇ ਜਿਨਾ ਕਰਕੇ ਮੈਂ ਆਪਦੀ ਫਾਈਲ ਬਣਾਈ ਦਿੱਤੀ ਤੇ ਉਹਦਾ ਰਿਜ਼ਲਟ ਆਇਆ 2016 ਅ ਚ ਐਂਡ ਚ ਆਇਆ ਕਿ ਮੈਨੂੰ 2017 6 ਜਿਹੜਾ ਅਵਾਰਡ ਮਿਲਣ ਵਾਲਿਆ ਇਹ ਨੈਸ਼ਨਲ ਅਵਾਰਡ ਹੁੰਦਾ ਜਿਹੜਾ ਰਾਸ਼ਟਰਪਤੀ ਭਵਨ ਚ ਮਿਲਦਾ ਹੈ ਰਾਸ਼ਟਰਪਤੀ ਜੀ ਦੀ ਸੁਪਰਵਾਈਜ਼ਨ ਚ ਤੇ ਉਹਨਾਂ ਦੇ ਇਹਦੇ ਵਿੱਚ ਖੇਲ ਮੰਤਰੀ ਅ ਵੀ ਹੁੰਦੇ ਨੇ ਉਹ ਮੈਡਲ ਦਿੰਦੇ ਨੇ ਸਾਨੂੰ ਤੇ ਉਹਦੇ ਵਿੱਚ ਵੀ ਬੜਾ ਅੱਛਾ ਸਾਨੂੰ ਸਰਟੀਫਿਕੇਟ ਮਿਲਦਾ ਹੈ ਚਾਂਦੀ ਦਾ ਮੈਡਲ ਮਿਲਦਾ ਹੈ ਤੇ ਉਹਦੇ ਵਿੱਚ ਕੈਸ਼ ਪ੍ਰਾਈਜ਼ ਬਹੁਤ ਅੱਛਾ ਦਿੰਦੇ ਨੇ ਉਹ ਉਹਦੇ ਸਪੋਰਟ ਲਈ ਤਾਂ ਕਿ ਅਸੀਂ ਹੋਰ ਸੋਸ਼ਲ ਵਰਕ ਹੋਰ ਵਰਕ ਚੜਕੇ ਕਰ ਸਕੀਏ ਰੂਸ ਦੇ ਵਿੱਚ ਤੁਹਾਨੂੰ ਪਤਾ ਲੱਗਾ ਕਿ ਉੱਥੇ ਕੁਝ ਅਵਾਰਡ ਤੋਂ ਇਲਾਵਾ ਕੁਝ ਮਨੀ ਵੀ ਤੁਹਾਨੂੰ ਦੇਂਦੇ ਕਿ ਆ ਕਿ ਤੁਸੀਂ ਕੰਮ ਹੋਰ ਚੰਗੇ ਕਰੋ ਮੋਟੀਵੇਟ ਉਹ ਕੀ ਆ ਗਿਆ ਅ ਜਦ ਮੈਨੂੰ ਅਵਾਰਡ ਮਿਲਿਆ ਵੈਸੇ ਹੀ ਬਹੁਤ ਇਮੋਸ਼ਨਲ ਮੂਮੈਂਟ ਸੀ ਤੇ ਅਵਾਰਡ ਮਿਲਣ ਤੋਂ ਬਾਅਦ ਜੀ ਜਦ ਉਹਨਾਂ ਨੇ ਉਹਨਾਂ ਦੀ ਅਫੀਸ਼ੀਅਲ ਨੇ ਦੱਸਿਆ ਕਿ ਤੁਹਾਡੇ ਲਈ ਕੈਸ਼ ਅਵਾਰਡ ਵੀ ਹੈ ਉਹਦਾ ਸਾਨੂੰ ਕੋਈ ਅੰਦਾਜ਼ ਕੋਈ ਪਤਾ ਨਹੀਂ ਸੀ ਇਹਦੇ ਵਿੱਚ ਕੈਸ਼ ਅਵਾਰਡ ਵੀ ਹੁੰਦਾ बिकॉज ਅਸੀਂ ਅਸੀਂ ਰਚ ਗਈ ਸੀ ਕਿ ਪਹਿਲਾਂ ਸਾਨੂੰ ਬੁਲਾਇਆ ਕਿਉਂਕਿ ਇਹ ਸਾਰਾ ਪ੍ਰੋਗਰਾਮ ਫੁੱਲ ਫੁਲੀ ਫੰਡਡ ਸੀ ਮੇਰੇ ਘਰ ਤੋਂ ਲੈ ਕੇ ਮਾਸਕੋ ਤੱਕ ਦੀ ਟਿਕਟ ਸਾਰੀ ਸਪான்ਸਰ ਦੀ ਹੋਟਲ ਖਾਣਾ ਪੀਣਾ ਲੋਕਲ ਟ੍ਰੈਵਲ ਸਭ ਉਹਨਾਂ ਨੇ ਸਪான்ਸਰ ਕੀਤਾ ਸੀ ਪਹਿਲਾ ਅਵਾਰਡ ਇਹ ਹੈ ਦੂਜਾ ਉੱਥੋਂ ਪੂਰੇ ਵਰਲਡ ਸਿਰਫ 9 ਲੋਕਾਂ ਨੂੰ ਮਿਲਣਾ ਸੀ ਉਹਦੇ ਵਿੱਚ ਇਹ ਮਿਲਿਆ ਇਹ ਅਵਾਰਡ ਇਹਦੇ ਵਿੱਚ ਇੰਡੀਆ ਦਾ ਨਾਮ ਆਇਆ ਹੈ ਉਹਦੇ ਬਾਅਦ ਫਿਰ ਜਿਹੜਾ ਸਾਨੂੰ ਤੀਸਰੀ ਚੀਜ਼ ਉਹਨਾਂ ਦੇ ਅਫੀਸ਼ੀਅਲ ਨੇ ਦੱਸੀ ਕਿ ਤੁਹਾਨੂੰ ਕੈਸ਼ ਪ੍ਰਾਈਜ਼ ਵੀ ਦੇਣਗੇ ਉਹ ਅਜੇ ਉਹਦੇ ਵਿੱਚ ਟਾਈਮ ਲੱਗਦਾ ਹੈ ਉਹ ਕੈਸ਼ ਪ੍ਰਾਈਜ਼ ਸੁਣ ਕੇ ਅਸੀਂ ਬੜਾ ਮਤਲਬ ਸ਼ੋਅ ਕਰਾਇਆਗੇ ਮੈਂ ਇਹਨਾਂ ਇੱਕ ਮਿਲੀਅਨ ਰੂਪਲਸ ਇੱਕ ਮਿਲੀਅਨ ਰੂਪਲਸ ਮੈਂ ਜੇ ਅਸੀਂ ਉਹਨੂੰ ਆਈਆਰ ਆਈਐਨਆਰ ਚ ਕਨਵਰਟ ਕਰੀਏ ਤਾਂ ਤਕਰੀਬਨ 13 ਲੱਖ ਰੁਪਿਆ ਉਹ ਸਾਨੂੰ ਦੇ ਰਹੇ ਨੇ ਤਾਂ ਕਿ ਅਸੀਂ ਹੋਰ ਜ਼ਿਆਦਾ ਸੋਸ਼ਲ ਵਰਕ ਕਰ ਸਕੀਏ ਤੇ ਇਹ ਤਾਂ ਤੁਸੀਂ ਸਮਝੋ ਕਿ ਉਹ ਇੱਕ ਕਹਾਵਤ ਹੈ ਜੀ ਕਿ ਰੱਬ ਜਦ ਦਿੰਦਾ ਤਾਂ ਉਹ ਛੱਫੜ ਫਾੜ ਕੇ ਦਿੰਦਾ ਉਹ ਤੁਹਾਡੀਆਂ ਇਮਤਿਹਾਨ ਲੈਂਦਾ ਤੇ ਸਾਨੂੰ ਲੱਗਦਾ ਕਿ ਇੱਥੇ ਸਾਡਾ ਕੰਮ ਨਹੀਂ ਰੁਕਿਆ ਹੁਣ ਸਾਡੀ ਇਹ ਡਿਊਟੀ ਨਹੀਂ ਹੈ ਸੋਸ਼ਲ ਵਰਕ ਇਹ ਸਾਡੀ ਰਿਸਪੌਂਸਿਬਿਲਟੀ ਹੈ ਹੁਣ ਅਸੀਂ ਇਹਨੂੰ ਹੋਰ ਵੱਧ ਕੇ ਕਰਾਂਗੇ ਤੇ ਇਹਦੇ ਨਾਲ ਹੋਰ ਯੁਵਾਵਾਂ ਨੂੰ ਜੋੜਾਂਗੇ ਤੇ ਆਪਦੇ ਸਮਾਜ ਅਤੇ ਰਾਸ਼ਟਰ ਲਈ ਜਿੰਨਾ ਕੰਮ ਹੋ ਸਕੇਗਾ ਜਦ ਤੱਕ ਜੀ ਰਹੇ ਹਾਂ ਤੇ ਤਦ ਤੱਕ ਕਰਾਂਗੇ ਕੀ ਪ੍ਰੋਜੈਕਟ ਅੱਗੋ ਹੈ ਕਿਉਂਕਿ ਹੁਣ ਪੈਸੇ ਵੀ ਆ ਜਾਣੇ ਨਹੀਂ ਤੇ ਦਿੱਕਤ ਰਹੀ ਰਹਿੰਦੀ ਕਿ ਪੇਮੈਂਟ ਇਕੱਠੀ ਕਰਨੀ ਹੁੰਦੀ ਹੈ ਤੁਸੀਂ ਯੁਵਾ ਹੋ ਯੁਵਾ ਵੀ ਥੋੜੇ ਥੋੜੇ ਪੈਸੇ ਪਾ ਕੇ ਤਾਂ ਕੰਮ ਕਰ ਲੈਂਦੇ ਜਦੋਂ ਇੰਨਾ ਅਮਾਊਂਟ ਮਿਲ ਜਾਵੇ ਤੇ ਤੁਸੀਂ ਵੀ ਕਹਿ ਰਿਹਾ ਰਿਸਪੌਂਸਿਬਿਲਟੀ ਨਹੀਂ ਹੈ ਸਾਡੀ ਹੋਰ ਜ਼ਿੰਮੇਵਾਰੀ ਵੱਧ ਜਾਂਦੀ ਹੈ ਕੀ ਤੁਸੀਂ ਇਹਨਾਂ ਪ੍ਰੋਜੈਕਟ ਤੇ ਕੰਮ ਕਰੋਗੇ ਇਹਨਾਂ ਲਈ ਸਭ ਤੋਂ ਪਹਿਲਾਂ ਜੀ ਕੁਝ ਕਰਨ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਇੱਕ ਸੈਟਅਪ ਹੋਣਾ ਚਾਹੀਦਾ ਸਾਡੇ ਕੋਲ ਅਸੀਂ ਇੱਕ ਆਫਿਸ ਤਿਆਰ ਕਰਾਂਗੇ ਸਾਡੀ ਪਲੈਨਿੰਗ ਹੈਗੀ ਹੈ ਉਹ ਆਫਿਸ ਅਸੀਂ ਸਾਰਾ ਮਲਟੀਟਾਸਕਿੰਗ ਆਫਿਸ ਰਹੇਗਾ ਉਹਦੇ ਵਿੱਚ ਆਫਿਸ ਵੀ ਰਹੇਗਾ ਰੈਸਟ ਰੂਮ ਵੀ ਰਹੇਗਾ ਤੇ ਮਲਟੀਟਾਸਕਿੰਗ ਹਾਲ ਵੀ ਰਹੇਗਾ ਸਾਡੇ ਮੇਰੇ ਇੱਕ ਫਰੈਂਡ ਨੇ ਗੁਰਪ੍ਰੀਤ ਸਿੰਘ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਉਹਨਾਂ ਨੇ ਆਪਦੀ ਜ਼ਮੀਨ ਸਾਨੂੰ ਦੇਤੀ ਹੈ ਕਿ ਤੁਸੀਂ ਸੋਸ਼ਲ ਵਰਕ ਕਰੋ ਤੇ ਉਸ ਤੇ ਅਸੀਂ ਆਪਣਾ ਆਫਿਸ ਬਣਾ ਕੇ ਆਫਿਸ ਨੂੰ ਸੈਟ ਅਪ ਕਰਕੇ ਤਾਂ ਕਿ ਹੋਰ ਜਿਹੜੇ ਬੱਚੇ ਸੋਸ਼ਲ ਵਰਕ ਦੇ ਮਾਧਿਅਮ ਚ ਅੱਗੇ ਵਧਣਾ ਚਾਹੁੰਦੇ ਨੇ ਜਾਂ ਉਹਨਾਂ ਦੀ ਰੁਚੀ ਹੈਗੀ ਹੈ ਤੇ ਉਹ ਕਿਥੇ ਹੋਰ ਪਾਸੇ ਨਾ ਪੈ ਕੇ ਸੋਸ਼ਲ ਵਰਕ ਕਰਨਾ ਸਾਡੇ ਕੋਲ ਸੈਟ ਅਪ ਰਹੇਗਾ ਤੇ ਇੱਕ ਵਾਰੀ ਸੈਟ ਅਪ ਆ ਗਿਆ ਫਿਰ ਉਹਦੇ ਉਹ ਸਾਡਾ ਸੋਸ਼ਲ ਵਰਕ ਹੈ ਔਰ ਦਾਦਾ ਸਸਟੇਨੇਬਲ ਰਹੇਗਾ ਔਰ ਜ਼ਿਆਦਾ ਸੀ ਉਹਨੂੰ ਕਰ ਸਕਾਂਗੇ ਤੇ ਸਾਡਾ ਜਿਹੜਾ ਦਾਇਰਾ ਹੈ ਉਹ ਚੰਡੀਗੜ੍ਹ ਤੋਂ ਬਾਹਰ ਵੀ ਅਸੀਂ ਲੈ ਜਾਣਾ ਚਾਹਾਂਗੇ ਤੇ ਪੈਨ ਇੰਡੀਆ ਕੰਮ ਕਰਨ ਚਾਹਾਂਗੇ ਹੂੰ ਅੱਛਾ ਕੁਛ ਛੋਟੀ ਤੁਹਾਡੀ ਮੈਮਰੀ ਰਹੀ ਹੋਵੇ ਖਾਸ ਕਿਉਂਕਿ ਤੁਸੀਂ ਉੱਥੇ ਕਾਫੀ ਦਿਨ ਲਾ ਕੇ ਵੀ ਆਏ ਹੋ ਤੁਸੀਂ ਲੋਕਾਂ ਨਾਲ ਵੀ ਮੁਲਾਕਾਤ ਹੋਈ ਹੈ ਹਾਂਜੀ 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 ਇੰਡੀਆ ਬਾਰੇ ਕੀ ਸੋਚਦੇ ਨੇ ਤੁਹਾਡੇ ਨਾਲ ਕੀ ਗੱਲਾਂ ਬਾਤਾਂ ਹੋਈਆਂ ਤੁਸੀਂ ਆਪਣੀ ਸ਼ੇਅਰ ਕਰਦੇ ਆਂ ਦੇਖੋ ਜੀ ਉੱਥੇ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਮੈਂ ਤੁਹਾਨੂੰ ਦੱਸਦਾ ਕਿ ਉੱਥੇ ਜਿਹੜੇ ਅਸੀਂ ਉਹਨਾਂ ਨਾਲ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਮੈਂ ਇੰਡੀਅਨ ਹੈਗਾ ਤੇ ਉਹ ਗਾਣਾ ਗ ਕੋ ਡਾਂਸਰ ਬੋਲ ਚੂੜੀਆਂ ਬੋਲ ਕੰਗਨਾ ਤੁਸੀਂ ਹੈਰਾਨ ਹੋ ਜਾਓਗੇ ਉਹਨਾਂ ਦੇ ਉਹਦਾ ਜਦੋਂ ਗਾਉਂਦੇ ਨੇ ਮੈਂ ਤਾਂ ਹੁਣ ਵੀ ਸੋਚਦਾ ਮੈਨੂੰ ਹੰਸੀ ਆ ਜਾਂਦੀ ਹੈ ਕਿ ਉਹ ਉਹ ਕਿੰਨੇ ਜੁੜੇ ਹੋਏ ਨੇ ਸਾਡੇ ਨਾਲ ਕਿੰਨੇ ਜੁੜੇ ਹੋਏ ਨੇ ਇਹਨਾਂ ਅਸੀਂ ਨਹੀਂ ਜੁੜੇ ਹੋਏ ਜਿਹਨਾਂ ਕਲਚਰ ਨਾਲ ਉਹ ਜੁੜੇ ਹੋਏ ਨੇ ਉਹਨੂੰ ਸਭ ਪਤਾ ਹੈ ਤੇ ਉਹ ਇਹਨਾਂ ਪਿਆਰ ਮਾਨ ਸਮਾਨ ਕੁਮਾਨਾ इवन ਮੇਰੇ ਤੋਂ ਇੱਕ ਮਿਸਟੇਕ ਹੋ ਗਈ ਸੀ ਕਿਉਂਕਿ ਕੰਟਰੀਜ਼ ਦੇ ਰੂਲ ਅਲੱਗ ਰਹਿੰਦੇ ਨੇ ਇੱਕ ਰੂਲ ਮੇਰੇ ਤੋਂ ਨਹੀਂ ਫੋਲੋ ਹੋ ਪਾਇਆ ਤਾਂ ਮੇਰੇ ਉਥੇ ਇੱਕ ਉਥੇ ਦੇ ਜਿਹੜੇ ਪੁਲਿਸ ਸੀ ਉਹਨਾਂ ਨੇ ਮੈਨੂੰ ਰੋਕ ਲਿਆ ਮੇਰਾ ਪਾਸਪੋਰਟ ਚੈੱਕ ਕੀਤਾ ਹਨਾ ਤੇ ਉਹ ਸਾਰੇ 10 15 ਲੇਡਿਸ ਇਕੱਠੀ ਹੋ ਗਈ ਮੇਰੇ ਲਈ ਉਹ ਮੇਰੇ ਲਈ ਫਾਈਟ ਕਰਨ ਲੱਗੀ ਪੁਲਿਸ ਵਾਲੇ ਨਾਲ ਉਹ ਸਮਝਾਉਣ ਲੱਗੀ ਕਿ ਇਹਨਾਂ ਦੀ ਗਲਤੀ ਨਹੀਂ ਹੈ ਇਹ ਬਾਹਰੋਂ ਆਏ ਨੇ ਕੁਝ ਰੂਲ ਨਹੀਂ ਪ 4 ਦਿਨ ਲਈ ਆਏ ਆ ਤਾਂ ਸਾਨੂੰ ਸਾਰੇ ਲੂ ਨਹੀਂ ਤੇ ਉਹਨਾਂ ਨੇ ਮੇਰੇ ਲਈ ਫਾਈਟ ਕੀਤੀ ਮੇਰੇ ਲਈ ਲੁਕੇ ਤੇ ਮੈਨੂੰ ਟ੍ਰੇਨ ਤੱਕ ਲੈ ਕੇ ਗਏ ਜਦ ਤੱਕ ਮੈਂ ਉਹ ਤਾਂ ਫ੍ਰੀ ਨਹੀਂ ਹੋ ਸਕੀ ਤੁਸੀਂ ਜੋ ਲੋਕਾਂ ਵਾਸਤੇ ਫਾਈਟ ਕਰਦੇ ਹੋ ਤੇ ਤੁਹਾਡੇ ਵਾਸਤੇ ਵੀ ਉੱਥੇ ਉਹਨਾਂ ਨੇ ਫਾਈਟ ਕੀਤੀ ਬਿਲਕੁਲ ਇੰਨਾ ਪਿਆਰ ਦਿੱਤਾ ਉਦੋਂ ਬਾਅਦ ਜਿਹੜਾ ਮੇਨ ਇੰਪੈਕਟ ਪਿਆ ਉਹ ਮੈਨੂੰ ਇਹ ਸੀ ਕਿ ਜਿਹੜੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਦੀ ਜਿਹੜੀ ਫ੍ਰੈਂਡਸ਼ਿਪ ਹੈਗੀ ਹੈ ਉੱਥੇ ਦੇ ਆਪਣੇ ਰਾਸ਼ਟਰਪਤੀ ਪੁਤਿਨ ਜੀ ਨਾਲ ਜਿਹੜੇ ਰਿਲੇਸ਼ਨ ਨੇ ਸਾਡੀ ਭਾਰਤ ਸਰਕਾਰ ਦੇ ਉਹਦਾ ਇੰਪੈਕਟ ਸਰੇ ਆਮ ਲਿਖ ਰਿਹਾ ਸਾਨੂੰ ਇਨੀ ਰਿਸਪੈਕਟ ਮਿਲੀ ਉਹਨਾਂ ਦੇ ਆਫੀਸ਼ੀਅਲਸ ਨੇ ਇਨੀ ਰਿਸਪੈਕਟ ਦਿੱਤੀ ਹਸਪਿਟੈਲਿਟੀ ਤੋਂ ਲੈ ਕੇ ਹੋਟਲ ਤੋਂ ਲੈ ਕੇ ਸਾਡੇ ਈਵੈਂਟ ਤ ਇਹ ਹਿੰਦੁਸਤਾਨੀ ਉਹ ਵੱਡਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਸਾਰਾ ਇੰਪੈਕਟ ਉੱਥੇ ਵੀ ਕੰਮ ਆਇਆ ਜਿਹੜੇ ਸਾਡੇ ਪ੍ਰਧਾਨ ਮੰਤਰੀ ਜਿਹਦਾ ਪਿਆਰ ਹੈ ਉਹਨਾਂ ਲਈ ਜਾਂ ਉਹਨਾਂ ਦਾ ਪਿਆਰ ਹੈ ਸਾਡੇ ਲਈ ਇਹ ਰਿਲੇਸ਼ਨਸ਼ਿਪਸ ਉੱਥੇ ਕੰਮ ਕਿਤੇ ਨੇ ਜੀ ਮੇਰਾ ਆਖਰੀ ਸਵਾਲ ਹੈ ਤੁਸੀਂ ਕੋਈ ਹੁੰਦੇ ਤੇ ਵੀ ਕੰਮ ਕਰ ਰਹੇ ਹੋ ਕਿਉਂਕਿ ਅਸੀਂ ਦੇਖ ਰਹੇ ਹਾਂ ਦਿੱਲੀ ਦੇ ਵਿੱਚ ਵੀ ਬੜੇ-ਬੜੇ ਕੋੜੇ ਦੇ ਟੇਰ ਲੱਗੇ ਨੇ ਪਹਾੜ ਬਣ ਗਿਆ ਚੰਡੀਗੜ੍ਹ ਦੇ ਵਿੱਚ ਵੀ ਬਣਦਾ ਜਾ ਰਿਹਾ ਉਸ ਬਾਰੇ ਵੀ ਤੁਸੀਂ ਕੁਝ ਕੰਮ ਕਰ ਰਹੇ ਹੋ ਉਸ ਬਾਰੇ ਥੋੜਾ ਜਾਣਕਾਰੀ ਦਿਓ ਸਾਡਾ ਇੱਕ ਪ੍ਰੋਜੈਕਟ ਹੈ ਵੇਸਟ ਟੂ ਵੈਲਥ ਉਹਦਾ ਨਾਮ ਹੈ ਜਿਹਦੇ ਵਿੱਚ ਅਸੀਂ ਚੰਡੀਗੜ੍ਹ ਦੇ 50 ਇੰਸਟੀਚਿਊਟਸ ਨਾਲ ਆਪਣਾ ਕੋਲਾਬੋਰੇਸ਼ਨ ਕੀਤਾ ਹੋਇਆ ਚ ਸਕੂਲਸ ਵੀ ਨੇ ਤੇ ਕਾਲਜਸ ਵੀ ਨੇ ਅਸੀਂ ਕੀ ਕਰਿਆ ਹੋਇਆ ਵੀ ਅਸੀਂ ਹਰ ਸਕੂਲ ਵਿੱਚ ਦੋ ਐਮਬੈਸਡਰਸ ਬਣਾਏ ਹੋਏ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਗ੍ਰੀਨ ਐਮਬੈਸਡਰ ਤੇ ਕੋਨਾ ਦੀ ਟੀਚਰ ਇਨਚਾਰਜ ਨੇ ਇਹਨਾਂ ਨਾਲ ਸਾਡੇ 50 ਇੰਸਟੀਚਿਊਟਸ ਤੋਂ 150 ਲੋਕ ਸਾਡੇ ਨਾਲ ਜੁੜ ਗਏ ਅਸੀਂ ਉਹਨਾਂ ਦੀ ਸਭ ਤੋਂ ਪਹਿਲਾ ਜਿਹੜਾ ਇਵੈਂਟ ਕੀਤਾ ਸੀ ਉਹ ਸੀਗਾ ਟ੍ਰੇਨਿੰਗ ਆਫ ਟ੍ਰੇਨਰਸ ਜਿਨ੍ਹਾਂ ਵਿੱਚ ਜਿਸ ਵਿੱਚ ਅਸੀਂ ਉਹਨਾਂ ਨੂੰ ਟ੍ਰੇਨ ਕੀਤਾ ਵੀ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਪਲਾਸਟਿਕ ਕੀ ਹੈ ਦੇਖੀ ਨੁਕਸਾਨ ਜਿਹੜੇ ਵੀ ਨੁਕਸਾਨ ਨੇ ਪਰ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੂੰ ਸਮਝਾਣੀ ਜ਼ਰੂਰੀ ਸੀ ਵੀ ਇਹਨਾਂ ਨੂੰ ਸੈਗਰੀਗੇਟ ਕਿਵੇਂ ਕਰਨਾ ਹੈ ਉਹਨਾਂ ਨੂੰ ਅਲੱਗ-ਅਲੱਗ ਕਿਵੇਂ ਕਰਨਾ ਹੈ ਸੋ ਸਭ ਤੋਂ ਪਹਿਲਾ ਸਟੈਪ ਸਾਡਾ ਇਹ ਸੀ ਵੀ ਉਹਨਾਂ ਨੂੰ ਟਾਸਕ ਦੇਣਾ ਵੀ ਤੁਸੀਂ ਆਪਣੇ ਸਕੂਲ ਵਿੱਚ ਕੋਈ ਹੈ ਜਾਂ ਸੈਟਅਪ ਬਣਾਓ ਕੋਈ ਬਿਨਸ ਬਣਾਓ ਜਿੱਥੇ ਤੁਸੀਂ ਇਹ ਇਕੱਠਾ ਕਰ ਸਕੋ ਹੁਣ ਇਹਦੇ ਤੇ ਵੀ ਜੇ ਆਪਾਂ ਦੇਖੀਏ ਜੇ ਸਰਕਾਰ ਵੀ ਜਿਹੜਾ ਅਸਟ ਬਿਨ ਲਾਉਂਦੀ ਹੈ ਉਹਨਾਂ ਤੇ ਪੈਸੇ ਲੱਗਦੇ ਨੇ ਤੇ ਹਰ ਸਕੂਲ ਰੈਡੀ ਨਹੀਂ ਹੁੰਦਾ ਇਹ ਲਾਉਣ ਲਈ ਤਾਂ ਅਸੀਂ ਬੱਚਿਆਂ ਨੂੰ ਟਾਸਕ ਦਿੱਤਾ ਵੀ ਉਹ ਕ੍ਰੀਏਟਿਵ ਹੋਣ ਤੇ ਜਿਹੜੀਆਂ ਵੀ ਜਿਵੇਂ ਸਕੂਲ ਵਿੱਚ ਕੋਈ ਵੇਸਟ ਟੰਕੀਆਂ ਪਈਆਂ ਹੁੰਦੀਆਂ ਨੇ ਕੋਈ ਵੀ ਬਿਨ ਉਹਨਾਂ ਵਿੱਚ ਆਪਣਾ ਕੂੜਾ ਇਕੱਠਾ ਕੀਤਾ ਜਾਵੇ। ਇਹ ਤੋਂ ਇਲਾਵਾ ਸੀ ਉਹਨਾਂ ਨੂੰ ਹੋਰ ਟਾਸਕ ਦੇ ਉੱਤੇ ਜਿਹੜੇ ਬੱਚਿਆਂ ਨੂੰ ਐਕਟੀਵਿਟੀਆਂ 'ਚ ਇਨਵੋਲਵ ਕਰਨਾ ਬਹੁਤ ਜ਼ਰੂਰੀ ਕਿਉਂਕਿ ਆਪਾਂ ਕਹਿੰਦੇ ਆਂ ਹਿੰਦੁਸਤਾਨ 'ਚ ਸਭ ਤੋਂ ਵੱਧ ਤਾਂ ਯੂਥ ਹੀ ਹੈ। ਤਾਂ ਜੇ ਉਹਨਾਂ ਦੇ ਦਿਮਾਗ 'ਚ ਇਸ ਏਜ ਤੋਂ ਇਹ ਚੀਜ਼ ਪਾਤੀ ਜਾਵੇ। ਤਾਂ ਮੈਨੂੰ ਨਹੀਂ ਲੱਗਦਾ ਸਰਕਾਰ ਨੂੰ ਲੋੜ ਹੈ ਕਹਿਣ ਦੀ ਵੀ ਤੁਸੀਂ ਕੂੜਾ ਅਲੱਗ-ਅਲੱਗ ਕਰਕੇ ਦਿਓ ਬੱਚੇ ਆਪ ਹੀ ਕਰਨਗੇ। ਤਾਂ ਸਾਡਾ ਇਹ ਮੇਨ ਇਨੀਸ਼ੀਏਟਿਵ ਹੈ ਵੀ ਯੂਥ ਟਾਰਗੇਟ ਕਰਨਾ। ਤਾਂ ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਬਿਠਾਉਣੀ ਹੈ ਵੀ ਪਹਿਲਾਂ ਤੋਂ ਹੀ ਸ਼ੁਰੂ ਕਰਦੀ ਜਾਏ ਤਾਂ ਕਿ ਬਾਅਦ ਚ ਸਾਨੂੰ ਫਾਈਨ ਲਾਉਣ ਦੀ ਲੋੜ ਹੀ ਨਾ ਪਏ ਹੂੰ ਬਿਲਕੁਲ ਅਸੀਂ ਵੀ ਚਾਹਾਂਗੇ ਤੁਸੀਂ ਦਾ ਚੰਗੇ ਕੰਮ ਅੱਗੇ ਵੀ ਕਰਦੇ ਰਹੋ ਤੇ ਦੇਸ਼ ਦਾ ਨਾਮ ਜਿਹੜਾ ਉਹ ਰੋਸ਼ਨ ਕਰਦੇ ਰਹੋ ਧੰਨਵਾਦ ਜੀ ਤੁਹਾਡਾ ਧੰਨਵਾਦ ਸਾਡੇ ਨਾਲ ਬਿਲਕੁਲ ਤੁਸੀਂ ਸੁਣਿਆ ਰੋਹਿਤ ਨੂੰ ਤੇ ਉਹਨਾਂ ਦੇ ਐਨ ਜੀਓ ਦੇ ਜਿਹੜੇ ਵਲੰਟੀਅਰ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਦੇਸ਼ ਦਾ ਨਾਮ ਜਿਹੜਾ ਉਹ ਰੂਸ ਦੇ ਵਿੱਚ ਜਾ ਕੇ ਰੋਸ਼ਨ ਕੀਤਾ ਇਹ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਦਾ ਇੱਕ ਵੱਡਾ ਕਾਰਨ ਇਹ ਵੀ ਰਿਹਾ ਕਿ ਪ੍ਰਧਾਨ ਮੰਤਰੀ ਜੀ ਦੇ ਜਿਹੜੇ ਰਿਲੇਸ਼ਨ ਹਨ ਬਾਕੀ ਕੰਟਰੀਆਂ ਨਾਲ ਉਸ ਦਾ ਵੀ ਸਾਨੂੰ ਕਾਫੀ ਉੱਥੇ ਚੰਗਾ ਰਿਸਪਾਂਸ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਕੈਮਰਾਮੈਨ ਰਜਤ ਅਮਿਤ ਤੇ ਹਰਜਿੰਦਰ ਦੇ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗਬਾਨੀ